अकाल चैनल नू सब्सक्राइब करो, नवी वीडियोस दी नोटिफिकेशन दे ले बेल आइकन नू क्लिक करना ना भूलना। कीर्तन समागम दे विच जुड़ बैठे हैं। मैं दसना चाहुंगा कि पिछले दिनी प्रधान सरदार मनजीत सिंह जी के वल्लों एक टीम तैयार की गई है जिहड़ी रिसर्च कर रही है कि होर किहड़ियां किहड़ियां थावां दिल्ली दे विच ऐसियां ने जिथे ਸ਼ਹੀਦੀਆਂ ਹੋਈਆਂ ਨੇ ਜਿੱਥੇ ਇਹੋ ਜਿਹੇ ਕੋਈ ਕਾਰਾ ਹੋਇਆ ਜਿਹੜਾ ਕਿ ਸਾਡੇ ਗੁਰੂ ਇਤਿਹਾਸ ਨਾਲ ਜੁੜਦਾ। ਸੋ ਸਾਡੇ ਪ੍ਰਬੰਧਕ ਤੌਰ ਦੇ ਉੱਤੇ ਮੈਡਮ ਸੱਗੂ ਇਹਨਾਂ ਜ਼ਮੀਨਾਂ ਦੀ ਖੋਜਾਂ ਵਿੱਚ ਲੱਗੇ ਹੋਏ ਨੇ। ਔਰ ਪਿਛਲੇ ਦਿਨੀ ਪ੍ਰਧਾਨ ਸਾਹਿਬ ਨੂੰ ਇੱਕ ਫੋਨ ਵੀ ਆਇਆ ਸਾਡੇ ਇੱਕ ਵੀਰ ਦਾ, ਉਹਨੇ ਵੀ ਦੱਸਿਆ ਕਿ 790 ਜਿੱਥੇ ਸਿੰਘ ਸ਼ਹੀਦ ਹੋਏ ਨੇ ਦਿੱਲੀ ਦੇ ਵਿੱਚ, ਉਹ ਸਥਾਨ ਵੀ ਲੱਭਿਆ ਜਾ ਰਿਹਾ। ਉਹਦੇ ਉੱਤੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀ ਕੇ ਵੱਲੋਂ ਇੱਕ ਰਿਸਰਚ ਟੀਮ ਤਿਆਰ ਕੀਤੀ ਜਾਈ ਹੈ ਜਿਹੜੀ ਕਿ ਬਹੁਤ ਜਲਦੀ ਆਪ ਜੀ ਸਾਹਮਣੇ ਇਹ ਸਥਾਨ ਵੀ ਤੁਹਾਡੇ ਸਾਹਮਣੇ ਆਉਣਗੇ। ਬੇਨਤੀ ਕਰਦੇ ਹਾਂ, ਤਕਰੀਬਨ 12:15 ਵਜੇ ਅੰਮ੍ਰਿਤ ਸੰਚਾਰ ਆਰੰਭ ਹੋਣਾ। ਜਿਨ੍ਹਾਂ ਨੇ ਗੁਰੂ ਖੰਡੇ ਬਾਟੇ ਦੀ ਪੌਲ ਲੈਣੀ ਹੈ, ਗੁਰਦੁਆਰਾ ਰਕਾਬਗੰਜ ਸਾਹਿਬ ਅੰਮ੍ਰਿਤ ਸੰਚਾਰ 12:15 ਵਜੇ ਆਰੰਭ ਹੋਣਾ, ਆਪ ਜੀ ਉੱਥੇ ਪਹੁੰਚੋ ਔਰ ਗੁਰੂ ਕੀ ਦਾਤ ਲਵੋ। ਅੱਜ ਇੱਕ ਸਵੇਰੇ ਇੱਕ ਫੋਨ ਆਇਆ ਜਿਹਦੇ ਵਿੱਚ ਪੁੱਛਿਆ ਗਿਆ ਕਿ ਥਾਂ ਥਾਂ 'ਤੇ ਬੋਰਡ ਲੱਗੇ ਨੇ ਔਰ ਬੋਰਡਾਂ 'ਤੇ ਲਿਖਿਆ ਲਾਸਾਨੀ ਸ਼ਹਾਦਤ, ਅਤੇ ਲਾਸਾਨੀ ਦਾ ਅਰਥ ਕੀ ਹੈ ਸਾਨੂੰ ਸਮਝ ਨਹੀਂ ਆ ਰਿਹਾ। ਅਸੀਂ ਪੜ੍ਹ ਰਹੇ ਹਾਂ, ਸਮਝ ਰਹੇ ਹਾਂ, ਬਟ ਸਾਨੂੰ ਇਹਦੇ ਅਰਥ ਨਹੀਂ ਪਤਾ। ਅਤੇ ਮੈਂ ਸਮਝਿਆ, ਮੈਂ ਕਿਹਾ ਜ਼ਰੂਰ ਸੰਗਤ ਨਾਲ ਇਸ ਗੱਲ ਦੀ ਸਾਂਝ ਪਾਉਣੀ ਹੈ। ਜਿਹੋ ਜਿਹੀ ਕੋਈ ਵੀ ਇਹੋ ਜਿਹਾ ਕਾਰਜ ਕੋਈ ਨਾ ਕਰ ਸਕੇ, ਇਹੋ ਜਿਹੀ ਕੋਈ ਸ਼ਹਾਦਤ ਇਤਿਹਾਸ ਨਹੀਂ ਦਿਸਦੀ ਜਿਹੜੀ ਕਿ ਇਸ ਤਰੀਕੇ ਨਾਲ ਹੋਈ ਹੋਵੇ, ਜਿਹਦੀ ਇੰਨਾ ਵੱਡਾ ਰੂਪ ਲਿਆ ਹੋਵੇ, ਉਹਨੂੰ ਲਾਸਾਨੀ ਕਿਹਾ ਜਾਂਦਾ। ਜਿਹੋ ਜਿਹੀ ਕੋਈ ਵੀ ਹੋਰ ਸ਼ਹਾਦਤ ਨਹੀਂ ਹੈ, ਇਹ ਉਹੋ ਜਿਹੀ ਸ਼ਹਾਦਤ ਹੈ, ਉਹ ਨਾ ਇਹੋ ਜਿਹੀ ਹੋਈ ਨਾ ਹੋਣੀ ਹੈ, ਇਸ ਲਈ ਇਸ ਨੂੰ ਲਾਸਾਨੀ ਕਿਹਾ ਜਾਂਦਾ। ਔਰ ਜਿਹੜੀ ਛਬੀਲ ਦਾ ਇੱਕ ਮੈਸੇਜ ਸਵੇਰੇ ਵੀ ਦਿੱਤਾ ਗਿਆ ਸੀ ਕਿ ਛਬੀਲ ਗੁਰੂ ਸਾਹਿਬ ਦੇ ਸਮੇਂ ਤੋਂ ਚੱਲਦੀ ਆ ਰਹੀਆਂ ਨੇ, ਗੁੜ ਦਾ ਪਾਣੀ ਦਾ ਛਬੀਲ ਚੱਲਦੀ ਆਉਂਦੀ ਸੀ। ਇਤਿਹਾਸ ਦੇ ਨਾਲ ਇਹ ਜਿਹੜੀਆਂ ਛਬੀਲਾਂ ਜੋੜੀ ਗਈਆਂ ਨੇ ਇਹ ਲੱਭਦੀਆਂ ਨੇ। ਸੂਰਜ ਪ੍ਰਕਾਸ਼ ਦੀ ਕਥਾ ਦੇ ਵਿੱਚ ਵੀ ਜ਼ਿਕਰ ਆਉਂਦਾ ਕਿ ਜਿੱਥੇ ਸੱਚੇ ਪਾਤਸ਼ਾਹ ਵਾਸਤੇ ਚੰਦੂ ਦੀ ਨੂੰਹ ਜਲ ਲੈ ਕੇ ਗਈ ਹੈ, ਸ਼ਰਬਤ ਲੈ ਕੇ ਗਈ ਹੈ, ਉਸ ਲਈ ਵੀ ਮਾਰਨ ਛਕੀ ਨਹੀਂ। ਪਰ ਇਹ ਛਬੀਲਾਂ ਦਾ ਜਿਹੜਾ ਰਿਵਾਜ਼ ਸੀ, ਜਿਹੜਾ ਛੰਡੇ ਜਲ ਦਾ ਜਿਹੜਾ ਸਿਸਟਮ ਚੱਲਦਾ ਸੀ, ਇਹ ਪੁਰਾਤਨ ਸਮੇਂ ਤੋਂ ਗੁਰੂਆਂ ਵੇਲੇ ਚੱਲਦਾ ਆਇਆ। ਜਿੱਥੇ ਛਬੀਲ ਦੇ ਪਾਣੀ ਦੀ ਪ੍ਰਥਾ ਹੈ, ਉੱਥੇ ਗੁਰੂ ਅਰਜਨ ਪਾਤਸ਼ਾਹ ਜੋੜੇ ਘਰ ਬੈਠ ਕੇ ਜਿੱਥੇ ਸੰਗਤ ਆਉਂਦੀ ਸੀ ਹਰਿਮੰਦਰ ਸਾਹਿਬ, ਆਪਣੇ ਦਾੜੇ ਨਾਲ ਉਹਨਾਂ ਜੋੜੇ ਝਾੜਦੇ ਸਨ। ਸੋ ਇਹ ਪਰੰਪਰਾ ਚੱਲਦੀ ਆ ਰਹੀ ਹੈ, ਪਰ ਅੱਜ ਕਿਤੇ ਨਾ ਕਿਤੇ ਸਾਡੇ ਪ੍ਰਬੰਧਕੀ ਢਾਂਚੇ ਦੇ ਵਿੱਚ ਇਹ ਛਬੀਲ ਇੱਕ ਦਿਨ ਨੂੰ ਮਿੱਥਤਾ ਗਿਆ ਔਰ ਉਹਦੇ ਵਿੱਚ ਅਸੀਂ ਇਹ ਭੁੱਲ ਗਏ ਕਿ ਸ਼ਹਾਦਤ ਹੋਈ ਕਿਵੇਂ। ਅਸੀਂ ਇੱਕੋ ਪਾਸੇ ਸਾਡਾ ਧਿਆਨ ਹੈ ਕਿ ਅੱਜ ਸ਼ਹੀਦੀ ਗੁਰਪੁਰਬ ਹੈ, ਰੂਹ ਅਫਜ਼ਾ ਕਿੱਥੋਂ ਲੈਣੀ ਹੈ, ਦੁੱਧ ਦਾ ਪ੍ਰਬੰਧ ਕਿੱਧਰ ਤੋਂ ਕਰਨਾ, ਬਰਫ਼ ਕਿੱਥੋਂ ਲੈਣੀ ਹੈ। ਸੋ ਉਸ ਤੱਕ ਅਸੀਂ ਬਹੁਤ ਜ਼ਿਆਦਾ ਸਾਡਾ ਝੁਕਾਵ ਸ਼ਹੀਦੀ ਵੱਲ ਛੱਡ ਕੇ ਦੂਜੇ ਪਾਸੇ ਚਲਾ ਗਿਆ। ਕਦੀ ਇਸ ਗੱਲ ਨੂੰ ਮਹਿਸੂਸ ਕਰੀਏ ਕਿ ਜਿਸ ਵੇਲੇ 33 ਪੂਰੀ ਤਿਆਰ ਕੀਤੀ ਗਈ ਹੋਣੀ ਹੈ, ਕਿਵੇਂ ਗੁਰੂ ਅਰਜਨ ਪਾਤਸ਼ਾਹ ਨੇ ਹੱਥ ਉੱਪਰ ਰੱਖ ਕੇ ਚੌਂਕੜਾ ਲਾਇਆ ਹੋਣਾ, 33 ਰੇਤ ਸਿਰ 'ਤੇ ਪਾਈ ਗਈ ਹੋਣੀ ਹੈ, 33 ਮੌਸਮ ਦੇ ਵਿੱਚ 33 'ਤੇ, ਅਤੇ ਗੁਰੂ ਅਰਜਨ ਪਾਤਸ਼ਾਹ ਕਿਵੇਂ ਠੰਡੇ ਸੁਖਮਨੀ ਸਾਹਿਬ ਉਚਾਰਨ ਵਾਲੇ ਬਾਣੀ ਦੇ ਰਚੇਤਾ ਉੱਥੇ ਬੈਠ ਕੇ ਗੁਰੂ ਸਾਹਿਬ ਦੇ ਉਸ ਹੁਕਮ ਦੇ ਵਿੱਚ ਆਪਣੇ ਆਪ ਨੂੰ ਸਮਰਪਿਤ ਕਰ ਰਹੇ ਨੇ। ਮੈਨੂੰ ਲੱਗਦਾ ਕਿ ਇਸ ਸ਼ਹਾਦਤ ਨੂੰ ਸਮਝਣਾ, ਇਸ ਸ਼ਹਾਦਤ ਨੂੰ ਯਾਦ ਕਰਨਾ ਔਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਆਉਣ ਵਾਲੇ ਸਾਡੇ ਯੁੱਗੋ ਯੁੱਗੋ ਤੱਕ ਸਾਡੇ ਬੱਚਿਆਂ ਨੂੰ ਸਾਡੇ ਘਰਾਂ ਦੇ ਵਿੱਚ ਇਸ ਬਾਣੀ ਦਾ ਠੰਡਕ ਪਹੁੰਚਣੀ ਹੈ। ਮੈਨੂੰ ਲੱਗਦਾ ਕਿ ਇਹ ਸਾਰੀਆਂ ਗੱਲਾਂ ਦਾ ਸਾਨੂੰ ਵਿਚਾਰ ਕਰਨ ਦੀ ਲੋੜ ਹੈ। ਮੈਂ ਬੇਨਤੀ ਕਰਾਂਗਾ ਕਿ ਇੱਕ ਵਟਸਐਪ 'ਤੇ ਔਰ ਸੋਸ਼ਲ ਮੀਡੀਆ 'ਤੇ ਇੱਕ ਬਹੁਤ ਜ਼ਬਰਦਸਤ ਪ੍ਰੋਪਾਗੰਡਾ ਹੋ ਰਿਹਾ ਕਿ ਬੋਲੇ ਸੋਨੇ ਹਾਲ, ਸਤਿ ਸ਼੍ਰੀ ਅਕਾਲ ਔਰ ਰਾਜ ਕਰੇਗਾ ਖਾਲਸਾ, ਇਹ ਬਿਆਨ ਕਰ ਦਿੱਤਾ ਗਿਆ। ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀ ਨੇ ਇੱਕ ਟੀਮ ਬਣਾਈ ਹੈ ਜਿਹੜੀ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜਾ ਵੀ ਔਡਰ ਆਇਆ ਉਹਦੀ ਪੂਰੀ ਘੋਖ ਪੜਤਾਲ ਹੋਏਗੀ ਔਰ ਉਸ ਤੋਂ ਬਾਅਦ ਉਸ ਤੋਂ ਕਿਸ ਐਂਗਲ 'ਚ ਲਿਆ ਗਿਆ। ਸੋ ਮੈਂ ਵਟਸਐਪ 'ਤੇ ਫੇਸਬੁੱਕ ਦੇ ਵੀਰਾਂ ਨੂੰ ਬੇਨਤੀ ਕਰਦਾ ਕਿ ਥੋੜ੍ਹਾ ਸੰਕੋਚ ਕਰੋ, ਪਹਿਲੇ ਉਸ ਔਡਰ ਦੀ ਕਾਪੀ ਨੂੰ ਆਣ ਦਿਓ, ਉਸ ਤੋਂ ਬਾਅਦ ਅਸੀਂ ਅਗਲੀ ਕਾਰਵਾਈ ਕਰਾਂਗੇ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।